ਭਾਰਤੀ ਹਾਕੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਸਿੱਖ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਹੁਣ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਜ਼ਰ ਆਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਓਲੰਪਿਕ ਖੇਡਾਂ ਦੌਰਾਨ ਹਾਕੀ ਵਿੱਚ ਭਾਰਤ ਲਈ 3 ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਸਿੱਖ ਖਿਡਾਰੀ ਸਰਦਾਰ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕੀਤਾ ਹੈ। ਸਰਦਾਰ ਬਲਬੀਰ ਸਿੰਘ ਸੀਨੀਅਰ ਨੇ ਹਾਕੀ ਅੰਦਰ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਉਹਨਾਂ ਦਾ ਜੀਵਨ ਸਿੱਖ ਨੌਜਵਾਨੀ ਲਈ ਪ੍ਰੇਰਣਾ ਸਰੋਤ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਬਲਬੀਰ ਸਿੰਘ ਸੀਨੀਅਰ ਦੇ ਸਤਿਕਾਰ ਵਜੋਂ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਉਹਨਾਂ ਦੀ ਤਸਵੀਰ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਤੋਂ ਸੇਧ ਹਾਸਲ ਕਰ ਸਕਣ। ਓਲੰਪੀਅਨ ਸਰਦਾਰ ਬਲਬੀਰ ਸਿੰਘ ਜੀ ਸੀਨੀਅਰ, ਜਿਨ੍ਹਾਂ ਦੇ ਉੱਤੇ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਮਾਣ ਹੈ, ਔਰ ਜਿਨ੍ਹਾਂ ਨੇ 3 ਵਾਰ ਭਾਰਤ ਲਈ ਹਾਕੀ ਵਿੱਚ ਗੋਲਡ ਮੈਡਲ ਜਿਹੜਾ ਜਿੱਤਿਆ ਹੈ, ਜਿਹਦੇ ਨਾਲ ਸਿੱਖੀ ਦੇ ਗੌਰਵ ਨੂੰ ਬਹੁਤ ਉੱਚਾ ਕੀਤਾ ਹੈ ਅਤੇ ਸਿੱਖ ਕੌਮ ਉਹਨਾਂ ਦੇ ਉੱਤੇ ਬਹੁਤ ਵੱਡਾ ਮਾਣ ਕਰਦੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਕੇਂਦਰੀ ਸਿੱਖ ਅਜਾਇਬ ਘਰ ਹੈ, ਉੱਥੇ ਉਹਨਾਂ ਦੀ ਇੱਕ ਜਿਹੜੀ ਹਾਕੀ ਓਲੰਪੀਅਨ ਸਰਦਾਰ ਬਲਬੀਰ ਸਿੰਘ ਜੀ ਸੀਨੀਅਰ ਦੀ ਤਸਵੀਰ ਲਾਈ ਜਾਏਗੀ, ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ, ਜਿਹੜੇ ਔਰ ਹਾਕੀ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹਨਾਂ ਦੇ ਲਈ ਹਮੇਸ਼ਾ ਜਿਹੜੀ ਹੈ ਇਹ ਯਾਦ ਬਣੀ ਰਹੇਗੀ। ਜ਼ਿਕਰੇ ਖਾਸ ਹੈ ਕਿ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਬੀਤੇ ਦਿਨੀ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਸਨ। ਉਹਨਾਂ ਨੇ 3 ਵਾਰ ਓਲੰਪਿਕ ਗੋਲਡ ਮੈਡਲ ਜਿੱਤ ਕੇ ਹਾਕੀ ਵਿੱਚ ਸਦਾ ਲਈ ਮਹਾਨਤਾ ਖੱਟੀ। ਅੱਜ ਉਸਦੇ ਕੋਈ ਨੇੜੇ ਤੇੜੇ ਵੀ ਨਹੀਂ। 1948 ਵਿੱਚ ਜਦੋਂ ਆਜ਼ਾਦ ਭਾਰਤ ਨੇ ਪਹਿਲੀ ਵਾਰ ਓਲੰਪਿਕ ਦੇ ਮੈਦਾਨ ਵਿੱਚ ਤਿਰੰਗਾ ਲਹਿਰਾਇਆ, ਤਾਂ ਉਸ ਸਾਲ ਭਾਰਤੀ ਹਾਕੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਉਹਨਾਂ ਦੀ ਰਾਜਧਾਨੀ ਲੰਡਨ ਵਿੱਚ 4 ਗੋਲ ਕਰਕੇ ਹਰਾਇਆ। ਇਹਨਾਂ 4 ਗੋਲਾਂ ਵਿੱਚੋਂ 2 ਗੋਲ ਬਲਬੀਰ ਸਿੰਘ ਹੋਰਾਂ ਦੇ ਸਨ। ਉਹਨਾਂ ਦੇ ਭਾਰਤੀ ਟੀਮ ਵਿੱਚ ਹੁੰਦਿਆਂ 3 ਵਾਰ ਭਾਰਤੀ ਟੀਮ ਚੈਂਪੀਅਨ ਬਣੀ, ਜਿਸ ਵਿੱਚੋਂ 1 ਵਾਰ ਉਹ ਕਪਤਾਨ ਸਨ ਅਤੇ 1 ਵਾਰ ਉਪ ਕਪਤਾਨ। 1975 ਵਿੱਚ ਜਦੋਂ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ, ਤਾਂ ਉਸ ਭਾਰਤੀ ਟੀਮ ਦੇ ਉਹ ਮੈਨੇਜਰ ਸਨ। ਓਲੰਪਿਕ ਕਮੇਟੀ ਵੱਲੋਂ 2012 ਵਿੱਚ ਓਲੰਪਿਕ ਦੇ 100 ਸਾਲ ਦੇ ਇਤਿਹਾਸ ਵਿੱਚ 16 ਅਜਿਹੇ ਖਿਡਾਰੀਆਂ ਦੇ ਨਾਮ ਚੁਣੇ ਗਏ ਜੋ ਓਲੰਪਿਕ ਦਾ ਚਿਹਰਾ ਨੇ। ਉਹਨਾਂ 16 ਵਿੱਚੋਂ ਬਲਬੀਰ ਸਿੰਘ ਸੀਨੀਅਰ ਇਕੱਲੇ ਸਨ। ਇਹ ਇਕੱਲੇ ਭਾਰਤੀ ਹੀ ਨਹੀਂ ਬਲਕਿ ਇਕੱਲੇ ਏਸ਼ੀਅਨ ਸਨ ਜੋ ਇਸ ਲਈ ਚੁਣੇ ਗਏ, ਤੇ ਉਹਨਾਂ ਦੇ ਕੱਦ ਦਾ ਅੰਦਾਜ਼ਾ ਇਸ ਤੋਂ ਸਹਿਜ ਹੀ ਲਾਇਆ ਜਾ ਸਕਦਾ ਹੈ। ਕੌਮਾਂਤਰੀ ਪੱਧਰ ਤੇ ਉਹਨਾਂ ਦੀ ਖੇਡ ਦਾ ਲੋਹਾ ਮੰਨਿਆ ਜਾਂਦਾ ਸੀ ਕਿ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਖਿਡਾਰੀਆਂ 'ਚ ਸ਼ੁਮਾਰ ਕੀਤਾ ਗਿਆ। ਹਾਲਾਂਕਿ ਕੌਮੀ ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ। 1957 ਵਿੱਚੋਂ ਪਹਿਲੇ ਅਜਿਹੇ ਖਿਡਾਰੀ ਸਨ ਜਿਸ ਨੂੰ ਆਜ਼ਾਦ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜਿਆ ਗਿਆ। 2019 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਨਵਾਜਿਆ। ਡੋਮਿਨਿਕ ਰਿਪਬਲਿਕ ਵੱਲੋਂ ਬਲਬੀਰ ਸਿੰਘ ਸੀਨੀਅਰ ਦੇ ਨਾਮ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ। 2006 ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਬੈਸਟ ਸਿੱਖ ਖਿਡਾਰੀ ਦਾ ਸਨਮਾਨ ਦਿੱਤਾ ਗਿਆ। 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਗਿਆ। ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਬਲਬੀਰ ਸਿੰਘ ਸੀਨੀਅਰ ਦੇ ਗੋਲਾਂ ਦੇ ਰਿਕਾਰਡ ਹਾਲੇ ਤੱਕ ਵੀ ਨਹੀਂ ਟੁੱਟ ਸਕੇ। 1948 ਲੰਡਨ ਓਲੰਪਿਕ, 1952 ਹੈਲਸਿੰਕੀ ਓਲੰਪਿਕ, 1956 ਮੈਲਬੋਰਨ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਹੈਟ੍ਰਿਕ ਬਣਾਈ, ਤਾਂ ਇਹ ਆਪਣੇ ਆਪ ਵਿੱਚ ਇਤਿਹਾਸ ਸਿਰਜਣ ਵਾਂਗ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਹਾਕੀ ਦਾ ਇਹ ਸ਼ਾਨਦਾਰ ਦੌਰ ਸੀ। ਬਲਬੀਰ ਸਿੰਘ ਸੀਨੀਅਰ ਨੇ ਹਾਕੀ ਦੀ ਸ਼ੁਰੂਆਤ ਕਰਦਿਆਂ 6 ਵਾਰ ਸੂਬੇ ਨੂੰ ਆਪਣੇ ਦਮ ਤੇ ਕੌਮੀ ਪੱਧਰ ਚੈਂਪੀਅਨ ਬਣਾਇਆ ਅਤੇ ਕੌਮਾਂਤਰੀ ਕੈਰੀਅਰ ਦਾ ਆਗਾਜ਼ 1947 ਨੂੰ ਹੋਇਆ, ਜਦੋਂ ਪਹਿਲੀ ਵਾਰ ਸ਼੍ਰੀਲੰਕਾ ਦੇ ਦੌਰੇ ਤੇ ਗਏ। ਉਸ ਤੋਂ ਬਾਅਦ 2 ਦਹਾਕਿਆਂ ਤੱਕ ਹਾਕੀ ਦੇ ਇਸ ਸਿਤਾਰੇ ਦੀ ਤੂਤੀ ਹਾਕੀ ਦੇ ਮੈਦਾਨ 'ਚ ਬੋਲਦੀ ਰਹੀ, ਪਰ 1960 ਵਿੱਚ ਫਿੱਟ ਹੋਣ ਦੇ ਬਾਵਜੂਦ ਉਹਨਾਂ ਨੂੰ ਨਹੀਂ ਚੁਣਿਆ ਗਿਆ, ਤਾਂ ਲਗਾਤਾਰ ਜਿੱਤਦੀ ਆ ਰਹੀ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਇਸ ਮਹਾਨ ਸਿੱਖ ਖਿਡਾਰੀ ਨੇ ਹਾਕੀ ਨੂੰ ਨਵਾਂ ਆਯਾਮ ਦਿੱਤਾ, ਤਾਂ 96 ਸਾਲ ਦੀ ਉਮਰ ਤੱਕ ਉਹ ਨਵੇਂ ਖਿਡਾਰੀਆਂ ਦੇ ਪ੍ਰੇਰਣਾ ਸਰੋਤ ਬਣੇ ਰਹੇ ਅਤੇ ਹੁਣ ਇੱਕ ਮਹਾਨ ਸਿੱਖ ਖਿਡਾਰੀ ਨੂੰ ਸਿੱਖ ਅਜਾਇਬ ਘਰ ਵਿੱਚ ਥਾਂ ਦੇ ਕੇ ਆਉਣ ਵਾਲੀਆਂ ਨਸਲਾਂ ਨੂੰ ਇਸ ਮਹਾਨ ਸਿੱਖ ਖਿਡਾਰੀ ਤੋਂ ਰੂਬਰੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਾਬਲੇ ਤਾਰੀਫ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।